ਡਾਕਟਰ ਸਾਹਿਬ ਗੁੱਡ ਈਵਨਿੰਗ ਤੁਹਾਡਾ ਸਵਾਗਤ ਹੈ। ਹਾਂ ਗੁੱਡ ਈਵਨਿੰਗ ਬਸੋ ਜੀ। ਥੈਂਕ ਯੂ ਸੋ ਮੱਚ। ਸੋ ਡਾਕਟਰ ਸਾਹਿਬ ਜੇ ਬੜੇ ਸਰਲ ਸ਼ਬਦਾਂ ਜਿਨ੍ਹਾਂ ਜਿਵੇਂ ਤੁਸੀਂ ਹਰ ਵਾਰ ਸਾਨੂੰ ਸਮਝਾਉਂਦੇ ਹੋ ਉਹ ਗੱਲਬਾਤ ਇਹ ਵੀ ਸਾਨੂੰ ਦੱਸੋ ਕਿ ਜਿਹੜਾ ਐਵਰਗ੍ਰੈਂਡ ਕ੍ਰਾਈਸਿਸ ਇਹਨੂੰ ਹੁਣ ਕਿਹਾ ਜਾ ਰਿਹਾ ਇਹ ਸ਼ੁਰੂ ਕਿਵੇਂ ਹੋਇਆ ਤੇ ਇਹ ਹੁਣ ਹੀ ਮਤਲਬ ਇਹ ਬੜੇ ਸਾਲਾਂ ਤੋਂ ਇੱਕ ਕੰਪਨੀ ਹੈਗੀ ਹੈ 360 ਬਿਲੀਅਨ ਡਾਲਰ ਦੀ ਇਹਨਾਂ ਦੀਆਂ ਐਸੈਟਸ ਨੇ 330 ਬਿਲੀਅਨ ਡਾਲਰ ਦਾ ਇਹਨਾਂ ਦਾ ਡੈਟ ਪਰ ਇਹ ਹੁਣ ਪ੍ਰੋਬਲਮ ਕਿਉਂ ਆਈ? ਦੇਖੋ ਵਾਸੂ ਜੀ ਪਹਿਲੀ ਗੱਲ ਤਾਂ ਇਸ ਕੰਪਨੀ ਬਾਰੇ ਜਾਣੀ ਹੈ ਇਹ ਨਾ 500 ਫਾਰਚੂਨ ਕੰਪਨੀਆਂਜ਼ ਦੇ ਵਿੱਚ ਜੀ ਇਹਦਾ 122ਵਾਂ ਨੰਬਰ ਆਉਂਦਾ ਹੈ ਅੱਛਾ ਜੀ ਇਹ ਕੱਲੀ ਰੀਅਲ ਏਸਟੇਟ ਕੰਪਨੀ ਨਹੀਂ ਇੱਕ ਤਾਂ ਇਹ ਸਮਝ ਨਹੀਂ ਲੋੜ ਹੈਗੀ ਇਹਦੀਆਂ 51 ਸਬਸਿਡੀ ਰਿਸ ਨੇ ਜੀ ਕਹਿੰਦੇ ਇਲੈਕਟ੍ਰਿਕ ਵੀਕਲ ਬਣਾਉਂਦੇ ਨੇ ਇਲੈਕਟ੍ਰਿਕ ਵੀਕਲਸ ਵੀ ਬਣਾਉਂਦੇ ਨੇ ਐਜੂਕੇਸ਼ਨ ਦੇ ਵਿੱਚ ਵੀ ਨੇ ਹੈਲਥ ਦੇ ਵਿੱਚ ਵੀ ਨੇ ਇਹਨਾਂ ਦਾ ਇੱਕ ਫੁੱਟਬਾਲ ਕਲੱਬ ਵੀ ਹੈ ਅੱਛਾ ਸੋ ਬਹੁਤ ਕੁਝ ਹੈ ਇਹਨਾਂ ਕੋਲੇ ਕੱਲਾ ਇਹ ਨਹੀਂਗਾ 25 ਸਾਲ ਪੁਰਾਣੀ ਇਹ ਕੰਪਨੀ ਹੈ ਰੀਅਲ ਏਸਟੇਟ ਤੇ ਇਹਨਾਂ ਨੇ ਬਾਅਦ ਦੇ ਵਿੱਚ ਆ ਕੇ ਸ਼ੁਰੂ ਕੀਤੀ ਹੈ ਵੈਲਥ ਮੈਨੇਜਮੈਂਟ ਬਹੁਤ ਕਰਦੇ ਬਹੁਤ ਹੈ ਹਾਂ ਇਹਨਾਂ ਦੇ 280 ਸ਼ਹਿਰਾਂ ਦੇ ਵਿੱਚ 1300 ਪ੍ਰੋਜੈਕਟ ਚੱਲ ਰਹੇ ਨੇ ਅੱਛਾ ਜੀ ਤੇ ਤਕਰੀਬਨ 1.5 ਲੱਖ ਦਾ ਐਮਪਲਾਈ ਹੈ ਇਹਨਾਂ ਦਾ ਸਾਰੇ ਚਾਈਨਾ ਦੇ ਵਿੱਚ ਅੱਛਾ ਜੀ ਹੁਣ ਜਿਹੜਾ ਕ੍ਰਾਈਸਿਸ ਸ਼ੁਰੂ ਹੋਇਆ ਨਾਗਾ ਇਹਦੇ ਰੂਟ ਕਾਜ਼ ਦੋ ਨੇ ਇੱਕ ਤਾਂ ਇਹ ਵੀ ਕੰਪਨੀ ਨੇ ਬਹੁਤ ਵੱਡੇ ਲੋਨ ਲੈ ਕੇ ਤੇ ਬੜੀ ਐਗਰੈਸਿਵ ਜਿਹੜੀ ਇਹਨਾਂ ਨੇ ਰੀਅਲ ਏਸਟੇਟ ਦੇ ਵਿੱਚ ਇਨਵੈਸਟਮੈਂਟਸ ਕੀਤੀਆਂ ਹਾਂਜੀ ਉਹਦੇ ਵਿੱਚ ਕੀ ਸੀ ਵੀ ਸਪੈਕੂਲੇਸ਼ਨ ਬਹੁਤ ਸੀ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਖਬਰਾਂ ਆ ਰਹੀਆਂ ਐ ਵੀ ਇੱਕ ਅਪਾਰਟਮੈਂਟ ਦੋ ਲਈ ਬਾਅਦ ਵਿੱਚ ਸਪੈਕੂਲੇਸ਼ਨ ਦੇ ਵਿੱਚ ਵੇਚ ਤੇ ਆਪਣੇ ਬੱਚੇ ਹਾਰਵਰਡ ਦੇ ਵਿੱਚ ਪੜਨ ਭੇਜੇ ਉਹਨਾਂ ਨੇ ਉਹਨਾਂ ਪੈਸਿਆਂ ਦੇ ਨਾਲ ਹੀ ਜਾਂ ਹੋਰ ਕਿਤੇ ਪੜਨ ਭੇਜੇ ਆ ਸੋ ਸਪੈਕੂਲੇਸ਼ਨ ਆ ਰਹੀ ਸੀ ਹੁਣ ਤੁਹਾਡੇ ਯਾਦ ਹੋਣਾ ਵੀ 18 ਅਗਸਤ 2021 ਨੂੰ ਇੱਕ ਜਿਹੜੇ ਉੱਥੋਂ ਦੇ ਹੈ ਕਿ ਟੋਪ ਮੋਸਟ ਪੋਲੀਟੀਕਲ ਹੈ ਕਿ ਜਿਹੜੇ ਪੋਲੀਟੀਸ਼ਨ ਨੇ ਹਾਂਜੀ ਕੰਟਰੀ ਦੇ ਜਿਹੜੇ ਚੀਫ ਨੇ ਜਿਹੜੇ ਸ਼ੀ ਜਨਪਿੰਗ ਹਾਂ ਸ਼ੀ ਜਨਪਿੰਗ ਹਾਂਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਅਸੀਂ ਕਾਮਨ ਪ੍ਰੋਸਪਰਿਟੀ ਕਰਨੀ ਹੈ ਹਾਂਜੀ ਹਾਂਜੀ ਤੇ ਜਿਹੜੀ ਇਨਕਮ ਹੈ ਵੱਧ ਇਨਕਮ ਵਾਲੇ ਲੋਕਾਂ ਤੋਂ ਅਸੀਂ ਲੈ ਲੈਣੀ ਹੈ ਉਹਨਾਂ ਨੇ ਬੈਂਕਾਂ ਦਾ ਥੋੜਾ ਜਿਹਾ ਸਿਕੰਜਾ ਕੱਸਤਾ ਹਾਂ ਹਾਂ ਵੀ ਹੁਣ ਜਿਹੜਾ ਲੋਨ ਦੇਣਾ ਸਪੈਕੂਲੇਸ਼ਨ ਲਈ ਨਹੀਂ ਦੇਣਾਗਾ ਇਸ ਕਰਕੇ ਇੱਕ ਤਾਂ ਉਹਨਾਂ ਦੀ ਇੰਟਰਨਲ ਮਾਰਕੀਟ ਘਟ ਗਈ ਹੈ ਹਾਂਜੀ ਦੂਸਰਾ ਕੀ ਹੈਗਾ ਵੀ ਉਹਨਾਂ ਦੇ ਉੱਪਰ ਜਿਹੜਾ ਬਾਹਰਲਾ ਲੋਨ ਸੀਗਾ ਉਸ ਨੂੰ ਉਹ ਡਿਫਾਲਟ ਹੋ ਗਏ ਨੇ ਹਾਂਜੀ ਦੇਖੋ ਅੱਜ ਉਹਨਾਂ ਦੇ ਲਾਸਟ 78 ਮਿਲੀਅਨ ਡਾਲਰ ਜਿਹੜਾ ਉਹਨਾਂ ਨੇ ਪੇ ਕਰਨੇ ਸੀਗਾ ਇੰਟਰਸਟ ਪੇਮੈਂਟਸ ਕਰਨੀਆਂ ਸੀਗੀਆਂ ਮੈਂ ਹੁਣੇ ਹੀ ਪੜ ਕੇ ਆਏ ਵੀ 31 ਮਿੰਟ ਪਹਿਲਾਂ ਤੱਕ ਉਹ ਪੇ ਨਹੀਂ ਹੋਈਆਂ ਗਈਆਂ ਉਹ ਕਹਿੰਦੇ ਕਿ 30 ਦਿਨਾਂ ਦਾ ਗ੍ਰੇਸ ਪੀਰੀਅਡ ਹੈਗਾ ਕਿ ਉਹ ਬਾਅਦ ਫਤੂ ਲੱਗਿਆ ਪਰ ਕੰਪਨੀ ਡਿਫਾਲਟ ਨਹੀਂ ਹੁੰਦੀ ਕਿ ਹਾਂਜੀ ਯੈਸ ਇਹਦੇ ਨਾਲ ਸੋ ਇਹ ਜਿਹੜੀ ਉਹਨਾਂ ਦੀ ਅਗਰੈਸਿਵ ਸੀ ਨਾ ਬਹੁਤ 2012 ਤੋਂ ਲੈ ਕੇ ਉਹਨਾਂ ਨੇ ਇੰਨਾ ਅਗਰੈਸਿਵ ਕੰਮ ਕੀਤਾ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਦੇਖੋ ਥੋੜੇ ਜਿਹੇ ਚਿਰ ਦੇ ਵਿੱਚ ਉਹਨਾਂ ਨੇ 280 ਸ਼ਹਿਰਾਂ ਦੇ ਵਿੱਚ 1600 ਪ੍ਰੋਜੈਕਟ ਔਰ ਉਹਨਾਂ ਨੇ ਲੈਂਡ ਬਾਈਂਗ ਕੀਤੀ ਸੀ ਜਿਹੜੀਆਂ ਫਿਊਚਰ ਪੇਮੈਂਟਸ ਸੀ ਲੈਂਡ ਬਾਈਂਗ ਕਰਕੇ ਲੈਂਡ ਖਰੀਦ ਲਈ ਤੁਹਾਨੂੰ ਪੇਮੈਂਟ ਅਸੀਂ ਨਾਲ ਦੀ ਨਾਲ ਕਰੀ ਚੱਲਾਂਗੇ ਜਿਸ ਤਰ੍ਹਾਂ ਉਹਦੇ ਦੇ ਵੀ ਉਹ ਡਿਫਾਲਟ ਹੋ ਗਏ ਬਹੁਤ ਸਾਰੇ ਕੰਪਨੀ ਤਾਂ ਹੁਣ ਕੀ ਹੋ ਗਿਆ ਫਿਰ ਉਹਨਾਂ ਦੇ ਜਿਹੜੇ ਸ਼ੇਅਰ ਪ੍ਰਾਈਸ ਸੀ ਨਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸੀ ਜਿਹੜਾ ਕੰਪਨੀ ਦਾ ਨਾਮ ਬੜਾ ਵੱਡਾ ਸੀ ਦੇਖੋ 122ਵੇਂ ਨੰਬਰ ਦੀ ਕੰਪਨੀ ਹੋਣਾ ਹਾਂਜੀ ਤਾਂ ਫਿਰ ਸਟਾਕ ਪ੍ਰਾਈਸਸ ਬੜੇ ਤੇਜ਼ੀ ਨਾਲ ਡਿੱਗੇ 80% ਜਿਹੜਾ ਉਹਨਾਂ ਦੇ ਸਟਾਕ ਆਏ ਡਿੱਗ ਪਏ ਤੇ ਜਿਹਨਾਂ ਦੇ ਜਿਹੜੇ ਫੋਰਨ ਬਾਂਡ ਸੀ ਡਾਲਰ ਦੇ ਵਿੱਚ ਸੀ ਜਿਹੜੇ ਉਹ ਨਾ ਪਰਸੈਂਟ ਤੇ ਸੇਲ ਹੋਣੇ ਸ਼ੁਰੂ ਹੋ ਗਏ ਜਿਹੜੇ 2022 ਚ ਬਚਾਰ ਹੋਣੇ ਨੇ ਸੋ ਇਸ ਕਰਕੇ ਇਹ ਇੱਕ ਕ੍ਰਾਈਸਿਸ ਇਸ ਵੇਲੇ ਬਣਿਆ ਹੋਇਆ ਹੈਗਾ ਉਸ ਕੰਪਨੀ ਦਾ ਤੇ ਨਾਲ ਹੀ ਮੈਂ ਪੜ ਰਿਹਾ ਸੀ ਕਹਿੰਦੇ ਇਹਨਾਂ ਨੇ ਆਪਣੇ ਜਿਹੜੇ ਕਾਂਡੋ ਬਣਾਏ ਹੋਏ ਸੀ ਉਹ ਕਿਉਂਕਿ ਹੁਣ ਦਿਵਾਲੀਆ ਹੋ ਗਈ ਕੰਪਨੀ ਪੈਸੇ ਹੈ ਨਹੀਂ ਕਹਿੰਦੇ ਉਹ 52% ਡਿਸਕਾਊਂਟ ਤੇ ਵੀ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਵਿਕ ਨਹੀਂ ਰਿਹਾ ਨਹੀਂ ਉਹ ਉੱਥੇ ਓਵਰ ਪ੍ਰੋਡਕਸ਼ਨ ਤਾਂ ਬਹੁਤ ਹੋਈ ਹੋਈ ਹੈ ਉੱਥੇ ਉਹ ਕਹਿੰਦੇ ਓਵਰ ਸਪਲਾਈ ਦਾ ਬਹੁਤ ਹੋਈ ਹੋਈ ਹੈ ਕਿ ਇਸੇ ਕਰਕੇ ਨਾ ਜਿਹੜੀ ਗਵਰਨਮੈਂਟ ਹੈ ਉਹਨੇ ਵੀ ਥੋੜਾ ਜਿਹਾ ਉਹਨਾਂ ਦਾ ਸਕੰਝਾ ਕਸਤਾ ਹੁਣ ਇਹਦੇ ਚ ਜਿਹੜਾ ਸਫਰ ਕਾਊਂਟ ਕਰ ਰਿਹਾ ਹੈਗਾ ਇੱਕਦਾਂ ਚਾਈਨੀਜ਼ ਬੈਂਕਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਲੋਨ ਦਿੱਤਾ ਹੈ ਬਾਕੀ ਜਿਹੜੇ ਰਿਟੇਲ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਦੇ ਕੰਪਨੀ ਦੇ ਸਟਾਕਸ ਖਰੀਦੇ ਨੇ ਬਾਕੀ ਇਹਨਾਂ ਦੇ ਹੋਮ ਬਾイヤਰਸ ਨੇ ਜਾਂ ਜਿਹੜੇ ਕੁਝ ਇਨਪੁਟ ਸਪਲਾਈ ਕਰਦੇ ਸੀਗੇ ਕੰਸਟਰਕਸ਼ਨ ਦੇ ਵਿੱਚ ਜਿਨ੍ਹਾਂ ਦੇ ਪੈਸੇ ਉਧਾਰਤੇ ਚੱਕੇ ਹੋਏ ਨੇ ਫਿਊਚਰ ਕੰਟਰੈਕਟਸ ਕੀਤੇ ਹੋਏ ਸੀ ਵੀ ਅ ਉਹ ਫਸੇ ਹੋਏ ਨਹੀਂ ਹੁਣ ਇਹਦਾ ਖਤਰਾ ਕੀ ਹੈ ਜਿਹੜੇ ਛੋਟੇ ਬੈਂਕ ਨੇ ਨਾ ਉਹਨਾਂ ਤੋਂ ਜਿੰਨਾ ਲੋਨ ਚੱਕਿਆ ਹੋਇਆ ਕਿਉਂਕਿ ਛੋਟੇ ਬੈਂਕਾਂ ਨੇ ਚਾਈਨਾ ਦੇ ਵਿੱਚ ਇਹਨਾਂ ਨੂੰ ਬਹੁਤ ਲੋਨ ਦਿੱਤਾ ਹੈ ਜੀ ਇਹ ਕਿਹੜੇ ਆਫਸ਼ੋਰ ਜਿਹੜੇ ਜਿਨ੍ਹਾਂ ਨੇ ਬੌਂਡ ਖਰੀਦੇ ਨੇ ਤੇ ਜਾਂ ਜਿਨ੍ਹਾਂ ਨੇ ਸਟਾਕ ਖਰੀਦੇ ਨੇ ਉਹਨਾਂ ਲੋਕਾਂ ਨੂੰ ਹੁਣ ਪ੍ਰੋਬਲਮ ਆ ਰਹੀ ਹੈ ਜੀ ਮੈਂ ਨਾ ਚਾਈਨਾ ਦੀ ਰੀਅਲ ਏਸਟੇਟ ਬਾਰੇ ਥੋੜਾ ਜਿਹਾ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਉੱਥੇ ਰੀਅਲ ਏਸਟੇਟ ਦੀ ਸਥਿਤੀ ਹੈ ਕੀ ਕਹਿੰਦੇ ਕਿ ਉੱਥੇ ਜਿੱਦਾਂ ਸਾਡੇ ਭਾਰਤ ਵਿੱਚ ਹੁੰਦਾ ਨਾ ਕਿ ਹੋਮ ਓਨਰਸ਼ਿਪ ਨੂੰ ਬੜੀ ਉਹ ਕਹਿੰਦੇ ਕਿ ਵੀ ਕੋਈ ਵੀ ਜਿਹੜਾ ਕੋਈ ਯੰਗਸਟਰ ਹੈਗਾ ਕਹਿੰਦੇ ਉਹ ਪਹਿਲਾਂ ਘਰ ਖਰੀਦਿਆ ਜੇ ਉਹਨੇ ਹੋਵੇ ਫਿਰ ਕਹਿੰਦੇ ਉਹਦਾ ਵਿਆਹ ਫਿਰ ਹੁੰਦਾ ਵੀ ਮੁੰਡਾ ਸੈਟ ਹੈ ਜੀ ਨਹੀਂ ਉਹ ਜਿਹੜਾ ਆਮ ਤੌਰ ਤੇ ਵੈਸਟ ਵਿੱਚ ਦੇਖਣ ਨੂੰ ਆਉਂਦਾ ਕਿ ਹੋਮ ਓਨਰਸ਼ਿਪ ਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਪਰ ਚਾਈਨੀਸ ਕਲਚਰਸ ਦੇ ਵਿੱਚ ਹੈਗਾ ਹੋਮ ਓਨਰਸ਼ਿਪ ਇਜ਼ ਇੰਪੋਰਟੈਂਟ ਪਰ ਫਿਰ ਵੀ ਕਹਿੰਦੇ ਉੱਥੇ ਓਵਰ ਸਪਲਾਈ ਇੰਨੀ ਜ਼ਿਆਦਾ ਇੰਨੇ ਗੋਸਟ ਟਾਊਨਸ ਡਿਵੈਲਪ ਹੋ ਗਏ ਕਹਿੰਦੇ ਉਜਾੜ ਦੇ ਵਿੱਚ ਡਿਵੈਲਪਰਸ ਨਵਾਂ ਸ਼ਹਿਰ ਬਸਾ ਦਿੰਦੇ ਆ ਇੰਨੇ ਕਾਂਡੋਸ ਬਣੇ ਹੋਏ ਨੇ ਇੰਨੇ ਅਪਾਰਟਮੈਂਟਸ ਬ ਦੇਖੋ ਉਹਦੇ ਵਿੱਚ ਪ੍ਰੋਬਲਮ ਕੀ ਹੈ ਨਾ ਦੇਖੋ ਕਾਫੀ ਵੱਡੀ এমਪਲੋਇਮੈਂਟ ਦਾ ਸੈਕਟਰ ਹੈ 25 ਤੋਂ 30% ਜੀਡੀਪੀ ਦੇ ਵਿੱਚ ਇਹਦਾ ਸ਼ੇਅਰ ਸੀਗਾ ਸੋ ਇਹ ਇਸ ਕਰਕੇ ਗਵਰਨਮੈਂਟ ਨੂੰ ਇਹ ਲੱਗਿਆ ਸੀਗਾ ਵੀ ਇਹ ਬਹੁਤ ਸਾਡੇ ਕੋਲ ਅਬਸੈਂਸ ਕ੍ਰਾਈਸਿਸ ਵੀ ਦੇਖੋ ਰਿਹਾ ਚਾਈਨਾ ਦੇ ਵਿੱਚ ਪਾਪੂਲੇਸ਼ਨ ਬਹੁਤ ਹੈ ਵੀ ਸਾਨੂੰ ਹੋ ਜੂਗਾ ਪਰ ਜਦੋਂ ਹੁਣ ਇਨਕਮ ਡਿਸਪੈਰਿਟੀਆਂ ਆਈਆਂ ਨੇ ਦੇਖੋ ਐਵੇਂ ਨਹੀਂ ਉਹਨਾਂ ਨੇ ਕੀਤਾਗਾ ਸੀ ਵੀ ਇਨਕਮ ਇਕੁਐਲਿਟੀ ਲਿਓਣੀ ਹੈ ਡਿਸਪੈਰਿਟੀਆਂ ਇੰਨੀਆਂ ਆ ਗਿਆ ਨੇ ਵੀ ਕੁਝ ਲੋਕ ਖਰੀਦ ਵੀ ਨਹੀਂ ਸਕਦੇਗੇ ਜੀ ਜੁਆਇੰਟ ਫੈਮਿਲੀਜ਼ ਰਹਿ ਰਹੀਆਂ ਨਹੀਂ ਹੁਣ ਇੱਕ ਉਹਨਾਂ ਨੇ ਦੋ ਬੱਚਿਆਂ ਦੀ ਵੀ ਕਰਤੀ ਹੈਗੀ ਆਪਣੀ ਪੋਪੂਲੇਸ਼ਨ ਪਾਲਿਸੀ ਵੀ ਚੇਂਜ ਕੀਤੀ ਹੈ ਉਹਨੂੰ ਲੱਗਦਾ ਸੀਗਾ ਵੀ ਸਾਨੂੰ ਬਹੁਤ ਸਾਰੇ ਘਰ ਪਰ ਇਹ ਨਹੀਂ ਪਤਾ ਸੀ ਵੀ ਰੀਅਲ ਏਸਟੇਟ ਦੇ ਵਿੱਚ ਇੰਨੀ ਓਵਰ ਪ੍ਰੋਡਕਸ਼ਨ ਇੰਨੀ ਫਾਸਟ ਹੋਊਗੀ ਦੇਖੋ ਇਸ ਕੰਪਨੀ ਨੇ ਕਿਵੇਂ ਗਰੋ ਕੀਤਾ ਹੈ 25 ਸਾਲ ਪੁਰਾਣੀ ਕੰਪਨੀ ਹੈ ਤੇ 122ਵੇਂ ਨੰਬਰ ਤੇ ਆਉਣਾ ਔਰ ਰੀਅਲ ਏਸਟੇਟ ਇਹਨਾਂ ਦਾ ਵੱਡਾ ਹੈ ਜਿੱਥੇ ਉਹਨਾਂ ਨੇ ਪੈਸਾ ਕੱਢ ਕੇ ਦੂਜਾ ਸਾਰਾ ਕੁਝ ਬਣਾਇਆ ਹੈਗਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰੀਅਲ ਏਸਟੇਟ ਨੂੰ ਸਰਕਾਰ ਦਾ ਵੀ ਇੰਟਰਸਟ ਵੀ ਲੇਮਨ ਬ੍ਰਦਰਸ ਵਰਕ ਇਸ ਤਰ੍ਹਾਂ ਹੋ ਜੂਗਾ ਜਾਂ ਕਿਸ ਤਰ੍ਹਾਂ ਹੋ ਜੂਗਾ ਪਰ ਮੈਨੂੰ ਇਹ ਲੱਗਦਾ ਵੀ ਚਾਈਨੀਜ਼ ਸਰਕਾਰ ਹੈ ਜਿਹੜੀ ਚਾਈਨਾ ਦੇ ਵਿੱਚ ਉਹਨਾਂ ਰੌਲਾ ਨਹੀਂ ਪੈ ਰਿਹਾ ਜਿੰਨਾ ਬਾਹਰ ਪੈ ਰਿਹਾ ਹੈਗਾ ਕਿਉਂਕਿ ਫੋਰਨ ਬਾਇਰਸ ਜਿਹੜੇ ਹੈਗੇ ਇਨਵੈਸਟਰਸ ਨਹੀਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਪਰ ਵੱਡੀ ਗੱਲ ਇਹ ਵੀ ਹੈ ਨਾ ਪ੍ਰੋਫੈਸਰ ਸਾਹਿਬ ਕਿ ਹੁਣ ਅਗਲੇ ਸਾਲ ਇਹ ਨਿਰਧਾਰਤ ਹੋਣਾ ਹੈ ਇਹਨਾਂ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਹੋਣੀ ਹੈ ਉਹਦੇ ਵਿੱਚ ਨਿਰਧਾਰਤ ਹੋਣਾ ਕਿ ਸ਼ੀ ਜਿਨਪਿੰਗ ਨੂੰ ਇੱਕ ਹੋਰ ਟਰਮ ਮਿਲਦੀ ਹੈ ਕਿ ਨਹੀਂ ਤੇ ਹੁਣ ਸ਼ੀ ਜਿਨਪਿੰਗ ਆਪਣੇ ਆਪ ਨੂੰ ਰੀਅਲਾਈਨ ਕਰ ਰਹੇ ਨੇ ਪਾਰਟੀ ਦੇ ਨਾਲ ਦੁਬਾਰਾ ਤੋਂ ਕਮਿਊਨਿਸਟ ਪਾਰਟੀ ਦੇ ਨਾਲ ਤੇ ਉਹ ਆਪਣੇ ਆਪ ਨੂੰ ਇਦਾਂ ਪ੍ਰੈਜ਼ੈਂਟ ਨਹੀਂ ਕਰਨਾ ਚਾਹੁੰਦੇ ਕਿ ਉਹ ਕਿਸੇ ਵੱਡੇ ਤਨਾਡ ਕਾਰਪੋਰੇਸ਼ਨ ਨੂੰ ਰੈਸਕਿਊ ਕਰਨ ਸੋ ਇੱਕ ਬਹੁਤ ਵੱਡਾ ਸਵਾਲ ਹੀ ਬਣਿਆ ਹੋਇਆ ਕਿ ਕੀ ਹੁਣ ਸ਼ੀ ਜਿਨਪਿੰਗ ਚਾਈਨਾ ਦੀ ਸਰਕਾਰ ਕਮਿਊਨਿਸਟ ਪਾਰਟੀ ਇਹ ਰੈਸਕਿਊ ਕਰਨਗੇ ਕੋਈ ਜਿਹੜਾ ਬੇਲ ਆਊਟ ਪੈਕੇਜ ਦੇਣਗੇ ਐਵਰਗ੍ਰੀਨ ਨੂੰ ਦੇਖੋ ਪਹਿਲੀ ਪਹਿਲੀ ਪ੍ਰਾਇੋਰਟੀ ਜਿਹੜੀ ਉਹ ਸ਼ੋਅ ਕਰ ਰਹੇ ਉਹਨਾਂ ਦਾ ਹੈ ਜਿਹੜੇ ਹੋਮ ਬਾイヤਰਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਜੀ ਉਹ ਸੁੱਪਰ ਜ਼ੋਰ ਦੇ ਰਹੇ ਨੇ ਦੇਖੋ ਬਾਹਰਲੇ ਪੈਸੇ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਕਿ ਉਹ ਜਿਹੜੇ ਜਿਹੜੇ ਫੋਰਨਨ ਇਨਵੈਸਟਰਸ ਨੇ ਉਹਨਾਂ ਦਾ ਕੀ ਕਰਨਾ ਹੈ ਉਹ ਤਾਂ ਹਾਲਤ ਹੀ ਆਪਣੇ ਹੋਮ ਬਾਇਰਸ ਦੀ ਗੱਲ ਕਰੇ ਜੀ ਦੂਸਰੀ ਜਿੰਨਾ ਮੈਨੂੰ ਲੱਗਦੀ ਹੈ ਨਾ ਵੀ ਇਹ ਕ੍ਰਾਈਸਿਸ ਐਡਾ ਵੱਡਾ ਚਾਈਨਾ ਲਈ ਨਹੀਂਗਾ ਜਿੰਨਾ ਅਖਬਾਰਾਂ ਦੇ ਵਿੱਚ ਬਣਿਆ ਹੋਇਆ ਹੈਗਾ ਉਹਦੇ ਕਾਰਨ ਕੀ ਨੇ ਇੱਕ ਤਾਂ ਇਹ ਹੈਗਾ ਵੀ ਜਿਹੜੀ ਇਹ ਕੰਪਨੀ ਹੈ ਇਹਦੀ ਜਿਹੜੀ ਫੋਰਨ ਲੋਨ ਹੈ ਉਹ ਸਾਰੇ 18 ਬਿਲੀਅਨ ਡਾਲਰ ਦੇ ਨੇ ਫੋਰਨ ਪਾਉਂਡਸ ਨੇ 184 ਬਿਲੀਅਨ ਡਾਲਰ ਦੀ ਲੈਂਡ ਪ੍ਰਾਪਰਟੀ ਹੈ ਇਸ ਵੇਲੇ ਵੀ ਇਹਦੇ ਕੋਲੇ ਤੋ ਕਿੰਨਾ ਹੋਗਾ ਮੇਰਾ ਖਿਆਲੇ 206 ਦੇ ਤਕਰੀਬਨ ਹੋ ਗਿਆ ਸਾਰਾ ਹੂੰ ਹੂੰ 206 ਬਿਲੀਅਨ ਤਾਂ ਹੈ ਉਹਨਾਂ ਦਾ 330 ਬਿਲੀਅਨ ਦਾ ਉਹਨਾਂ ਦਾ ਹੈਗਾ ਜਿਹੜਾ ਹੈਗਾ ਡੈਫਿਸਿਟ ਹੈਗਾ ਹੂੰ ਹੂੰ ਜਿਹੜੀ ਉਹਨਾਂ ਦੇ ਲੋਨ ਹੈ ਜਾਂ ਜਿਸ ਤਰ੍ਹਾਂ ਦੀ ਇੱਕ ਕੰਪਨੀ ਹੈ ਸੋ ਹਾਲ ਤੱਕ ਕੀ ਕਰੂਗੀ ਸਰਕਾਰ ਵੀ ਲੋਨ ਹੈ ਜਿਹੜਾ ਉਹਨੂੰ ਰੀਸਟ੍ਰਕਚਰ ਕਰਨ ਦੀ ਫਰਸਟ ਆਪਸ਼ਨ ਹੋਊਗੀ ਹੂੰ ਹੂੰ ਜੇ ਉਹਨਾਂ ਨੂੰ ਲੱਗਿਆ ਹੀ ਇਹ ਵੀ ਸਾਡਾ ਰੀਸਟ੍ਰਕਚਰ ਹੋ ਕੇ ਵੀ ਨਹੀਂ ਜਾਂਦਾ ਤਾਂ ਜਿਹੜੀ ਹੈਗਾ ਚਾਈਨਿਸ ਗਵਰਨਮੈਂਟ ਹੈ ਇਸ ਨੂੰ ਜਾਂ ਤਾਂ ਨੈਸ਼ਨਲਾਈਜ਼ ਕਰ ਦੂਗੀ ਹੂੰ ਹੂੰ ਤੇ ਜਾਂ ਫਿਰ ਕੀ ਇਹਨੂੰ ਬੈਂਕਰਪਸੀ ਵੱਲ ਤੋਰੂਗੀ ਬੈਂਕਰਪਸੀ ਦੇ ਵਿੱਚ ਫਿਰ ਸਰਕਾਰ ਆਪ ਬਾਈ ਕਰ ਲੂਗੀ ਜੇ ਆਪਾਂ ਦੇਖੀਏ ਵੀ ਚਾਈਨਾ ਨੂੰ ਇਸ ਵੇਲੇ ਕੀ ਪੈਸਾ ਹੈ ਉਹਨਾਂ ਕੋਲ ਕਿੰਨਾ ਨਹੀਂ ਹੈ ਜੇ ਮੈਂ ਤੁਹਾਨੂੰ ਅੰਕੜਾ ਦੇਵਾਂ ਤਾਂ ਚਾਈਨਾ ਦਾ ਜਿਹੜਾ ਬੈਂਕਿੰਗ ਸੈਕਟਰ ਹੈ ਟੋਟਲ ਉਹਨਾਂ ਦੇ ਪ੍ਰੋਫਿਟ ਹੈ ਜਿਹੜੇ 1 ਸਾਲ ਦੇ 294 ਬਿਲੀਅਨ ਡਾਲਰ ਹੈ ਅੱਛਾ ਜੀ ਬੈਂਕਿੰਗ ਸੈਕਟਰ ਦਾ ਪ੍ਰੋਫਿਟ ਹੈ ਜਿਹੜਾ ਤੇ ਉਹਨਾਂ ਕੋਲ ਜਿਹੜਾ ਇੱਕ ਉਹਨਾਂ ਨੇ ਬੈਡ ਲੋਨਸ ਲਈ ਇੱਕ ਰਿਜ਼ਰਵ ਜਮਾ ਕੀਤਾ ਹੈਗਾ ਉਹ ਤਕਰੀਬਨ 800 25-30 ਬਿਲੀਅਨ ਡਾਲਰ ਉਹਨਾਂ ਕੋਲ ਰਿਜ਼ਰਵ ਮਨੀ ਪਿਆ ਹੈ ਅੱਛਾ ਜੀ ਸੋ ਬੇਲ ਆਊਟ ਕਰਨਾ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਕੀ ਪਰ ਉਹ ਬੇਲ ਆਊਟ ਕਰਕੇ ਇਸ ਤਰ੍ਹਾਂ ਦੀ ਇੰਡੀਕੇਸ਼ਨ ਨਹੀਂ ਦੇਣੀ ਚਾਹੁੰਦੇ ਵੀ ਕੰਪਨੀਆਂ ਬਾਕੀ ਵੀ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਕੈਪੀਟਲ ਗੇਨ ਬਹੁਤ ਕੀਤਾ ਹੈਗਾ ਪਹਿਲਾਂ ਤੇ ਬੜਾ ਇੰਜੋਏ ਕੀਤਾ ਹੈ ਇਹ ਸਾਰੀਆਂ ਕੰਪਨੀਆਂ ਇਸ ਪਾਸੇ ਵੱਲ ਨੂੰ ਚੱਲ ਪੈਣ ਸੋ ਮੈਨੂੰ ਲੱਗਦਾ ਵੀ ਚਾਈਨੀਸ ਗਵਰਨਮੈਂਟ ਦੇ ਕਿਉਂਕਿ ਦੇਖੋ ਬੜਾ ਕੰਟਰੋਲਡ ਸਿਸਟਮ ਹੈ ਰੈਗੂਲੇਸ਼ਨਸ ਬਹੁਤ ਸਟਰੋਂਗ ਹੈ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਫ੍ਰੀ ਮਾਰਕੀਟ ਇਕਨੋਮੀ ਹੈਗੀ ਸੋ ਚਾਈਨਿਸ ਗਵਰਨਮੈਂਟ ਦੇ ਵੈਲ ਵਿਦਨ ਦਾ ਮੀਨਸ ਜਿਹੜਾ ਸਾਰਾ ਕੁਝ ਹੈਗਾ ਉਹ ਬੜੇ ਆਰਾਮ ਨਾਲ ਹੀ ਬੈਠੇ ਆ ਉਹਨਾਂ ਨੂੰ ਕੋਈ ਇੰਨੀ ਲੱਗ ਨਹੀਂ ਰਹੀ ਖਤਰਾ ਜੀ ਫੋਰਨ ਇਨਵੈਸਟਰ ਜਿਹੜਾ ਬਾਹਰ ਬਾਹਰ ਲੈ ਜਿਹੜਾ ਜਿਵੇਂ ਦੇਖੋ ਕਹਿੰਦੇ ਨੇ ਵੀ 26 ਬਿਲੀਅਨ ਦਾ ਤਾਂ ਪੰਜ ਵੱਡੇ ਜਿਹੜੇ ਧਨਾੜ ਹੈ ਬਾਹਰਲੇ ਉਹਨਾਂ ਨੂੰ ਇਸ ਨਾਲ ਘਾਟਾ ਪਿਆ ਹੈਗਾ ਹੁਣ ਉਹਦੇ ਚ ਇੱਕ ਹੋਰ ਪ੍ਰੋਬਲਮ ਜਿਹੜੀ ਆ ਰਹੀ ਹੈ ਨਾ ਜਿਹੜੀ ਗਵਰਨਮੈਂਟ ਨੂੰ ਚਾਈਨਾ ਦੀ ਇਹਨੂੰ ਸੋਚ ਨਹੀਂ ਪਊਗੀ ਜਿਹੜੀਆਂ ਦੂਜੀਆਂ ਛੋਟੀਆਂ ਕੰਸਟਰਕਸ਼ਨ ਕੰਪਨੀਆਂਜ਼ ਨੇ ਉਹ ਹਾਰਟ ਹੋ ਰਹੀਆਂ ਨੇ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਪ੍ਰਾਈਸਸ ਡਿਗ ਰਹੇ ਨੇ ਅੱਦੇ ਰੇਟ ਤੇ ਹੀ ਵੇਚ ਰਹੇ ਨੇ ਜਿਹੜੇ ਜਿਹੜੀਆਂ ਛੋਟੀਆਂ ਕੰਪਨੀਆਂ ਜਿੱਥੇ এমਪਲੋਇਮੈਂਟ ਹੈ ਜਾਂ ਜਿਨ੍ਹਾਂ ਦੇ ਬਹੁਤ ਛੋਟੇ-ਛੋਟੇ ਕੰਮ ਹੈ ਛੋਟੇ-ਛੋਟੇ ਸ਼ਹਿਰਾਂ 'ਚ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇੱਕ ਜਿਹੜੇ ਛੋਟੇ ਬੈਂਕ ਹੈ ਜਿਹੜੇ ਉਹਨਾਂ ਨੂੰ ਬੇਲ ਆਊਟ ਕਰਨਾ ਪੈਣਾ ਹੈਗਾ ਦੇਖੋ ਬੈਂਕਾਂ ਦੇ ਵਿੱਚ ਤਾਂ ਉਹਨਾਂ ਨੇ ਕਾਫੀ ਪੈਸਾ ਜਿਹੜਾ ਇੰਜੈਕਟ ਕਰਤਾ ਹੈਗਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਇਹ ਵੀ ਛੋਟੇ ਬੈਂਕਾਂ ਨੂੰ ਪ੍ਰੋਬਲਮ ਆਊਗੀ ਉਹਨਾਂ ਨੇ ਜਿਹੜਾ ਪੀਪਲਜ਼ ਬੈਂਕ ਆਫ ਚਾਈਨਾ ਉਹਨੇ ਛੋਟੇ ਬੈਂਕਾਂ ਨੂੰ ਪਹਿਲਾਂ ਹੀ ਕੈਪਟਲਾਈਜ਼ ਕਰਤਾ ਹੈਗਾ ਉਹਨਾਂ ਨੂੰ ਪੈਸਾ ਦਿੱਤਾ ਹੈਗਾ ਵੀ ਤੁਹਾਨੂੰ ਜੇ ਪ੍ਰੋਬਲਮ ਆਉਂਦੀ ਹੈ ਤੁਸੀਂ ਪੈਸਾ ਲੈ ਸਕਦੇ ਹੋ ਉਹਨਾਂ ਦੇ ਮਤਲਬ ਰੱਖਿਆ ਹੋਇਆ ਵੀ ਜਦੋਂ ਮਰਜ਼ੀ ਤੁਸੀਂ ਬੈਂਕ ਤੋਂ ਇੰਨਾ ਪੈਸਾ ਲੈ ਸਕਦੇ ਹੋ ਜੀ ਉਹ ਕੈਪਟਲਾਈਜੇਸ਼ਨ ਪਲਾਨ ਤਾਂ ਉਹਨਾਂ ਨੇ ਇਨਫੋਰਸ ਕਰਤੀ ਹੈ ਉਹਨਾਂ ਨੂੰ ਪਤਾ ਸੀ ਸਾਡੇ ਬੈਂਕਾਂ ਦੀ ਪ੍ਰੋਬਲਮ ਆਉਗੀ ਬਾਕੀ ਜਿਹੜੇ ਆਫਸ਼ੋਰ ਬੌਂਡ ਹੋਲਡਰਸ ਤੇ ਸਟਾਕ ਹੋਲਡਰਸ ਨੇ ਇਹਨਾਂ ਦਾ ਵੀ ਜੇ ਬੈਂਕਰਪਸੀ ਹੁੰਦੀ ਹੈ ਤੇ ਗਵਰਨਮੈਂਟ ਆਫ ਚਾਈਨਾ ਨੂੰ ਬਾਈ ਕਰ ਲੈਂਦੀ ਹੈ ਜਾਂ ਹੋਰ ਵੱਡੀ ਕੰਪਨੀ ਕੋਈ ਵੀ ਬਾਈ ਕਰ ਲੈਂਦੀ ਹੈ ਮੇਰਾ ਖਿਆਲ ਹੈ ਚਾਈਨਿਸ ਗਵਰਨਮੈਂਟ ਸਪੋਰਟ ਦੇ ਕੇ 18 ਬਿਲੀਅਨ ਡਾਲਰ ਕੋਈ ਇਸ ਵੇਲੇ ਚਾਈਨਾ ਲਈ ਵੱਡੀ ਐ ਅਮਾਉਂਟ ਨਹੀਂ ਤੇ ਇਸੇ ਤਰ੍ਹਾਂ ਜਿਹੜੇ ਕ੍ਰੈਡਿਟਰਸ ਨੇ ਬਾਹਰ ਲਏ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਰੀਪੇ ਹੋ ਜਾਣਾ ਹੈਗਾ ਕੋਈ ਐਸਾ ਵੱਡਾ ਮੈਨੂੰ ਇਹ ਤੇ ਇਸ਼ੂ ਲੱਗਦਾ ਨਹੀਂ ਡਾਕਟਰ ਸਾਹਿਬ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਪਹਿਲਾਂ ਮੰਨਿਆ ਜਾਂਦਾ ਸੀ ਵੀ ਚਾਈਨਾ ਦੀ ਜਿਹੜੀ ਇਕਨੋਮੀ ਹੈ ਵੀ ਉਹ ਤਾਂ ਇਨਵਿੰਸੀਬਲ ਆ ਵੀ ਉਹ ਤਾਂ ਅਗਾਹ ਵਧਦੀ ਜਾ ਰਹੀ ਹੈ ਤੇ ਬਹੁਤ ਜਲਦ ਹੋਣ ਉਹ ਯੂਐਸ ਨੂੰ ਓਵਰਟੇਕ ਕਰ ਜਾਣਗੇ ਕਿ ਇਹ ਜਿਹੜਾ ਕ੍ਰਾਈਸਿਸ ਹੈ ਭਾਵੇਂ ਜਿੰਨਾ ਵੀ ਵੱਡਾ ਹੈ ਜਾਂ ਜਿੰਨਾ ਵੀ ਛੋਟਾ ਕ੍ਰਾਈਸਿਸ ਹੈ ਕਿ ਇਹਦੇ ਨਾਲ ਇਹ ਵਿਚ ਚਾਈਨਾ ਦੀ ਇਕਨੋਮੀ ਦੇ ਵਿੱਚ ਵੀ ਕੁਝ ਇੱਕ ਖਾਮੀਆਂ ਹੈਗੀਆਂ ਨੇ ਨਹੀਂ ਦੇਖੋ ਚਾਈਨਾ ਦੀ ਇਕਨੋਮੀ ਹੁਣ ਉਸ ਤਰ੍ਹਾਂ ਦੀ ਜਿਹੜੀ ਟੋਟਲਿਟੇਰੀਅਨ ਇਕਨੋਮੀ ਤਾਂ ਹੈ ਨਹੀਂਗੀ ਵੀ ਪੂਰੀ ਤਰ੍ਹਾਂ ਸੋਸ਼ਲਿਸਟ ਇਕਨੋਮੀ ਹੈ ਤਾਂ ਦੇਖੋ ਕੈਪੀਟਲਿਸਟ ਇਕਨੋਮੀ ਹੈ ਹੁਣ ਬੇਸਿਕਲੀ ਉਹ ਡੋਮੀਨੈਂਟ ਕੈਪੀਟਲਿਜ਼ਮ ਹੀ ਹੈ ਉੱਥੇ ਵੀ ਸੋ ਕੈਪੀਟਲਿਜ਼ਮ ਦੇ ਵਿੱਚ ਤਾਂ ਓਵਰ ਪ੍ਰੋਡਕਸ਼ਨ ਹੈ ਜਿਹੜਾ ਜਾਂ ਜਾਂ ਕਦੇ ਡਿਮਾਂਡ ਵੱਧ ਗਈ ਕਦੇ ਸਪਲਾਈ ਘਟ ਗਈ ਇਹ ਤਾਂ ਇੱਕ ਟ੍ਰੇਟ ਹੈ ਇਹ ਤਾਂ ਹੁਣੇ ਹੀ ਐਡਜਸਟਮੈਂਟ ਹੁੰਦੀਆਂ ਰਹਿੰਦੀਆਂ ਹੈ ਰੈਗੂਲੇਟਰ ਕਾਦੇ ਲਈ ਨੇ ਰੈਗੂਲੇਟਰ ਤਾਂ ਹੁੰਦਾ ਹੈਗਾ ਵੀ ਕਿਤੇ ਬਹੁਤ ਹੀ ਵੱਡਾ ਕਿਸੇ ਕ੍ਰਾਈਸਿਸ ਆਉਂਦਾ ਹੈਗਾ ਤਾਂ ਫਿਰ ਰੈਗੂਲੇਸ਼ਨ ਉੱਥੇ ਆ ਜਾਂਦੀ ਹੈ ਰੈਗੂਲੇਸ਼ਨ ਰੈਗੂਲੇਟਰ ਕੀ ਹੈ ਉਹਨੂੰ ਵਾਚ ਕਰਕੇ ਰੱਖਦਾ ਹੈਗਾ ਉੱਪਰ ਵੀ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀਗੀ ਹੁਣ ਅਮਰੀਕਾ ਦੇ ਵਿੱਚ ਦੇਖੋ ਪ੍ਰੋਬਲਮ ਆਈ ਉਸ ਵੇਲੇ ਹੁਣ ਚਾਈਨਾ ਦੇ ਵਿੱਚ ਤਿੰਨ ਚਾਰ ਗੱਲਾਂ ਜਿਹੜੀਆਂ ਦੱਸਣ ਵਾਲੀਆਂ ਨੇ ਇੱਕ ਤਾਂ ਇਹ ਹੈ ਵੀ ਚਾਈਨਾ ਦੀ ਜਿਹੜੀ ਇਕਨੋਮੀ ਦੀ ਜਿਹੜੀ ਗਰੋਥ ਹੈ ਨਾ ਉਹ ਐਕਸਪੋਰਟ ਓਰੀਐਂਟਡ ਹੈ ਸਾਰੀ ਜੀ ਐਕਸਪੋਰਟ ਕਰਦੇ ਨੇ ਬਹੁਤ ਸਾਰੀਆਂ ਚੀਜ਼ਾਂ ਬਿਲਕੁਲ ਘਰ ਆ ਜਿਹੜਾ ਐਕਸਪੋਰਟ ਨਹੀਂ ਹੋ ਸਕਦਾ ਹਮ ਯੈਸ ਇੱਕ ਗੱਲ ਤਾਂ ਹੈ ਨਾ ਜਦੋਂ ਇਕਨੋਮੀ ਗਰੋ ਕਰਦੀ ਹੈ ਸਾਰੇ ਪਾਸੇ ਇੱਕਦ ਗਰੋ ਕਰ ਰਹੀ ਹੈ ਦੇਖੋ ਘਰਾਂ ਦੇ ਵਿੱਚ ਜਿਹੜਾ ਲੱਗਣ ਵਾਲਾ ਸਮਾਨ ਆ ਉਹ ਕਿੰਨਾ ਬਣਦਾ ਹੈ ਕੀ ਕੁਝ ਹੁੰਦਾ ਹੈਗਾ ਗਵਰਨਮੈਂਟ ਕਈ ਵਾਰ ਸੋਚਦੀ ਹੈ ਵੀ ਠੀਕ ਹੈ ਡਿਮਾਂਡ ਆ ਰਹੀ ਹੈ ਚੱਲੀ ਜਾਂਦਾ ਸਾਡਾ ਰੀਅਲ ਏਸਟੇਟ ਸੈਕਟਰ ਹੈ ਜਦੋਂ ਕ੍ਰਾਈਸਿਸ ਇਸ ਟਾਈਪ ਦਾ ਹਾਂ ਉੱਥੇ ਓਵਰ ਸਪਲਾਈ ਹੈ ਓਵਰ ਸਪਲਾਈ ਹੈ ਅੱਛਾ ਨਾ ਹੀ ਚਾਈਨਾ ਦੇ ਵਿੱਚ ਕੋਈ ਫੋਰਨ ਬਾયર ਜਾ ਰਿਹਾ ਹੈਗਾ ਜਿਵੇਂ ਕੈਨੇਡਾ ਦੇ ਵਿੱਚ ਤਾਂ ਫੋਰਨ ਬਾયર ਦੀ ਪ੍ਰੋਬਲਮ ਹੈ ਤੇ ਟੈਕਸ ਲਾਇਆ ਜਾ ਰਿਹਾ ਹੈ ਬਿਲਕੁਲ ਸਹੀ ਚਾਈਨਾ ਦੇ ਵਿੱਚ ਉਹ ਕੁਝ ਦੀ ਨਾ ਹਾਊਸ ਐਕਸਪੋਰਟ ਕਰ ਸਕਦੇ ਆ ਪਰ ਸੈਕਟਰ ਜਿਹੜਾ ਸਾਰੇ ਕੁਝ ਮੂਵ ਕਰਦੇ ਰਹੇ ਸੋ ਇਹ ਇੱਕ ਮੇਰਾ ਖਿਆਲ ਹੈ ਕਿ ਵੀ ਉੱਥੇ ਕੁਤਾਹੀ ਗਵਰਨਮੈਂਟ ਤੋਂ ਹੋਈ ਵੀ ਹੈ ਜਿੱਥੇ ਕਿਤੇ ਗਵਰਨਮੈਂਟ ਦਾ ਜਾਂ ਰੈਗੂਲੇਸ਼ਨ ਦਾ ਫੇਲਰ ਹੋ ਜਾਂਦਾ ਹੈਗਾ ਵੀ ਉਹ ਆਪਣੀ ਡਿਮਾਂਡ ਨੂੰ ਪੂਰੀ ਤਰ੍ਹਾਂ ਪ੍ਰੋਜੈਕਟ ਨਹੀਂ ਕਰ ਸਕੇਗਾ ਜੀ ਕਈ ਚੀਜ਼ਾਂ ਦੇ ਵਿੱਚ ਦੇਖੋ ਉਹਨਾਂ ਨੇ ਬੜਾ ਸੋਹ ਇਕੋਨ ਨੂੰ ਇਹ ਡਰ ਲੱਗਦਾ ਹੁੰਦਾ ਵੀ ਕਈ ਵਾਰੀ ਵਜੇ ਸਾਡੀ ਫੋਰਨ ਜਿਹੜੇ ਅਸੀਂ ਐਕਸਪੋਰਟ ਕਰ ਰਹੇ ਹਾਂ ਛੋਟੀਆਂ ਚੀਜ਼ਾਂ ਡੇਲੀ ਯੂਜ਼ ਦੀਆਂ ਵੀ ਜੇ ਉਹਦੀ ਡਿਮਾਂਡ ਫੋਰਨ ਦੇ ਵਿੱਚ ਘਟ ਜਾਂਦੀ ਹੈ ਤਾਂ ਅਸੀਂ ਕੀ ਕਰਾਂਗੇ ਉਹਨਾਂ ਨੇ ਆਪਣਾ ਵੇਜ ਰੇਟ ਲੋ ਰੱਖਿਆ ਹੋਇਆ ਹੈਗਾ ਤੇ ਥੋੜੇ ਜਿਹਾ ਕੁਸ਼ਨ ਰੱਖਿਆ ਹੋਇਆ ਹੈ ਵੀ ਤਾਂ ਕਿ ਅਸੀਂ 40% ਤੱਕ ਉਹ ਆਪਣੀਆਂ ਵੇਜਸ ਵਧਾ ਸਕਦੇ ਨਾ ਇਸ ਵੇਲੇ ਉਹਨਾਂ ਦਾ ਕੀ ਹੈ ਵਿੱਚ ਸਾਡੀ ਜਿੰਨੀ ਡਿਮਾਂਡ ਘਟੂਗੀ ਜੇ ਬਾਹਰੋਂ ਘਟਦੀ ਹੈ ਤਾਂ ਅਸੀਂ ਆਪਣੀ ਵੇਜ ਵਧਾ ਦੇਵਾਂਗੇ ਸਾਡੀ ਇੰਟਰਨਲ ਡਿਮਾਂਡ ਹੈ ਜਿਹੜੀ ਵੱਧ ਜਾਣੀ ਹੈਗੀ ਕਈ ਚੀਜ਼ਾਂ ਤਾਂ ਉਹਨਾਂ ਨੇ ਬੜੀਆਂ ਕੰਟਰੋਲ ਕੀਤੀਆਂ ਹੋਈਆਂ ਨੇ ਪਰ ਆ ਇੱਕ ਜਿਹੜਾ ਹੈਗਾ ਕਿਉਂਕਿ ਜਿਹੜਾ ਜਿਹੜੀ ਪੂੰਜੀਵਾਦੀ ਇਕਨੋਮੀ ਹੈ ਉਹਦੇ ਵਿੱਚ ਇਹ ਇਹ ਤਾਂ ਟ੍ਰੇਡ ਐਟੈਕ ਕਰੇ ਵੱਧ ਕਦੇ ਘਟ ਉਹਨਾਂ ਡਿਮਾਂਡ ਸਪਲਾਈ ਚ ਗੈਪ ਤਾਂ ਰਹਿਣੀ ਹੈ ਸ਼ਾਰਟ ਟਰਮ ਹੁੰਦਾ ਹੈਗਾ ਉਹ ਲੌਂਗ ਟਰਮ ਨਹੀਂ ਹੁੰਦਾਗਾ ਦੇਖੋ ਲੌਂਗ ਟਰਮ ਤਾਂ ਅਮਰੀਕਾ ਦੇ ਵਿੱਚ ਵੀ ਸੈਟਲ ਹੋ ਗਿਆ ਫਿਰ ਪ੍ਰਾਈਸਸ ਵੱਧ ਗਏ ਨਹੀਂ ਉਸੇ ਤਰ੍ਹਾਂ ਹੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਏ ਡਾਕਟਰ ਸਾਹਿਬ ਹੁਣ ਮੰਨਿਆ ਜਾ ਰਿਹਾ ਕਿ ਮਤਲਬ ਬਾਇ ਇਨ ਲਾਰਜ ਕਿ ਚਾਈਨਾ ਇਸ ਕੰਪਨੀ ਨੂੰ ਬੇਲ ਆਊਟ ਨਹੀਂ ਕਰੇਗਾ ਡਾਇਰੈਕਟ ਮਤਲਬ ਕੋਈ ਬੇਲ ਆਊਟ ਪੈਕੇਜ ਨਹੀਂ ਦੇਗਾ ਤੇ ਹੁਣ ਮੈਂ ਇਹ ਦੇਖ ਰਿਹਾ ਸੀ ਵੈਸਟਰਨ ਮੀਡੀਆ ਦੇ ਵਿੱਚ ਕਈ ਥਾਵਾਂ ਤੇ ਇਹ ਗੱਲ ਛਪਣੀ ਸ਼ੁਰੂ ਹੋ ਗਈ ਹੈ ਕਿ ਚਾਈਨਾ ਨੇ ਕੈਪਟਲਿਜ਼ਮ ਨੂੰ ਇੱਕ ਟੂਲ ਵਜੋਂ ਇਸਤੇਮਾਲ ਕੀਤਾ ਕਿ ਹੁਣ ਕਿੰਨੇ ਸਾਲ ਕੈਪਟਲਿਜ਼ਮ ਦਾ ਉਹਨਾਂ ਪੱਲਾ ਫੜ ਕੇ ਉਹਨਾਂ ਨੇ ਆਪਣੀ ਇਕਨੋਮੀ ਨੂੰ ਗਰੋਅ ਕੀਤਾ ਹੁਣ ਜਦੋਂ ਇਕਨੋਮੀ ਉਹਨਾਂ ਦੀ ਤੁਰ ਪਈ ਹੈ ਉਹ ਬਹੁਤ ਛਲਾਂਗਾ ਮਾਰਦੀ ਹੈ ਤੇ ਦੇ ਆਰ ਗੋਇੰਗ ਟੂ ਰਿਵਰਟ ਬੈਕ ਟੂ ਸੋਸ਼ਲਿਜ਼ਮ ਕਿਉਂਕਿ ਹੁਣ ਅਗ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਇਹਨਾਂ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਹੋਣੀ ਆ ਤੇ ਉਹਦੇ ਵਿੱਚ ਸ਼ੀ ਜਿਨਪਿੰਗ ਚਾਹੁੰਦੇ ਨੇ ਕਿ ਆਪਣੇ ਆਪ ਨੂੰ ਇੱਕ ਸੋਸ਼ਲਿਸਟ ਲੀਡਰ ਵਾਂਗ ਉਹ ਪ੍ਰੋਜੈਕਟ ਕਰਨ ਕਿ ਜਿਹੜੇ ਕਿ ਹੂ ਇਸ ਟ्रू ਟੂ ਦਾ ਪਾਰਟੀ ਤੇ ਕੀ ਹੁਣ ਤੁਹਾਨੂੰ ਲੱਗਦਾ ਕਿ ਚਾਈਨਾ ਮੀ ਰਿਵਰਟ ਬੈਕ ਟੂ ਸੋਸ਼ਲਿਜ਼ਮ ਅਗੇਨ ਤਾਂ ਦੇਖੋ ਗੱਲ ਇਹ ਹੈ ਪਹਿਲੀ ਗੱਲ ਤਾਂ ਕੈਪੀਟਲਿਜ਼ਮ ਕਿਸੇ ਦੀ ਓਨਰਸ਼ਿਪ ਨਹੀਂ ਜਿਹੜਾ ਇਹਨਾਂ ਨੇ ਲੈ ਲਿਆ ਜਿਹੜਾ ਵੈਸਟਰਨ মিডিਆ ਜਿਹੜਾ ਰੌਲਾ ਪਾ ਰਿਹਾ ਹੈ ਤੁਸੀਂ ਵੀ ਕੈਪੀਟਲਿਜ਼ਮ ਰੱਖਿਆ ਉਹਨਾਂ ਨੇ ਲੈ ਲਿਆ ਤਾਂ ਕੋਈ ਗੱਲ ਨਹੀਂ ਤੁਹਾਡੇ ਵੀ ਬਹੁਤ ਸਾਰੇ ਟ੍ਰੇਟਸ ਨੇ ਜਿਹੜੇ ਵੈਸਟਰਨ ਦੇ ਵਿੱਚ ਉਹ ਸੋਸ਼ਲਿਜ਼ਮ ਦੇ ਨੇ ਹੁਣ ਆਪਣਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਸਾਡਾ ਜਿਹੜਾ ਹੈਲਥ ਕੇਅਰ ਹੈ ਹੈਲਥ ਕੇਅਰ ਸਿਸਟਮ ਹੈ ਇਹ ਸੋਸ਼ਲਿਜ਼ਮ ਦੇ ਟ੍ਰੇਟਸ ਨੇ ਨਾ ਕਿ ਕੈਪੀਟਲਿਜ਼ਮ ਦੇ ਹੁਣ ਇਸ ਵੇਲੇ ਵਾਸਤੇ ਕੀ ਹੈ ਨਾ ਕਨਵਰਜੈਂਸ ਹੋ ਰਹੀ ਹੈ ਦੋਨੋਂ ਸਿਸਟਮਸ ਦੀ ਜੀ ਵੀ ਚਾਈਨਾ ਦੇ ਵਿੱਚ ਵੀ ਦੇਖੋ ਉਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਪਿਓਰ ਸੋਸ਼ਲਿਸਟ ਪੈਟਰਨ ਸੀਗਾ ਨਹੀਂ ਚੱਲਦਾ ਉਹਦੀਆਂ ਪ੍ਰੋਬਲਮਸ ਆਈਆਂ ਉਹਨਾਂ ਨੇ ਮੂਵ ਕੀਤਾ ਜਿਹੜੇ ਇਹ ਦੇਸ਼ ਨੇ ਇਹਨਾਂ ਦੇ ਵਿੱਚ ਦੇਖੋ ਕਿੱਡੀ ਵੱਡੀ ਡਿਮਾਂਡ ਉੱਠ ਰਹੀ ਹੈ ਇਸ ਪਾਸੇ ਵੱਲ ਜਾਣ ਨੂੰ ਵੀ ਜਿਹੜੇ ਹਾਇਰ ਐਜੂਕੇਸ਼ਨ ਆ ਤੁਸੀਂ ਫ੍ਰੀ ਕਰੋ ਹੈਲਥ케ਅਰ ਤੇ ਹੋਰ ਖਰਚਾ ਕਰੋ ਸਰਵਿਸਸ ਜਿਹੜੀਆਂ ਉਹ ਪਬਲਿਕ ਸੈਕਟਰ ਦੇ ਵਿੱਚ ਹੋਣੀਆਂ ਚਾਹੀਦੀਆਂ ਹੁਣ ਜਦੋਂ ਇਹ ਹੁੰਦਾ ਹੈਗਾ ਤਾਂ ਇਹਦਾ ਮਤਲਬ ਕਿ ਦੋਨੋਂ ਸਿਸਟਮ ਦੇ ਵਿੱਚ ਕਨਵਰਜੈਂਸ ਹੋ ਰਹੀ ਹੈ ਇੱਕ ਦੂਜੇ ਦੇ ਨੇੜੇ ਆ ਰਹੇ ਆ ਭਾਵੇਂ ਹਾਲਤ ਵਿੱਚ ਅਸੀਂ ਆਪਟੀਮਲ ਲੈਵਲ ਨਹੀਂ ਲੱਭਿਆਗਾ ਵੀ ਜਿਹੜਾ ਵੀ ਆ ਹੀ ਫਿੱਟ ਹੈ 80% ਆ ਹੋਵੇ 80% ਆ ਹੋਵੇ ਪਰ ਜਿਹੜੀ ਉਹਦੇ ਨਾਲ ਪ੍ਰੋਬਲਮਸ ਆ ਰਹੀਆਂ ਨੇ ਚਾਈਨਾ ਦੇ ਵਿੱਚ ਇਨਕਮ ਇਨਕਵੈਲਟੀਜ਼ ਤੇ ਰੀਜਨਲ ਇਨਕਵੈਲਟੀਜ਼ ਇੰਨੀਆਂ ਵੱਧ ਚੁੱਕੀਆਂ ਜਿਹਦੇ ਲਈ ਉਹਨਾਂ ਨੂੰ ਇੱਕ ਚੈੱਕ ਕਰਨ ਦੀ ਲੋੜ ਹੈ ਬਹੁਤ ਵੱਡੀ ਹੁਣ ਦੇਖੋ ਅਲੀ ਬਾਬਾ ਤੇ ਵੀ ਉਹਨਾਂ ਨੇ ਥੋੜਾ ਜਿਹਾ ਚੈੱਕ ਲਾਇਆ ਸੀਗਾ ਹਾਂਜੀ ਹੁਣ ਇਸ ਕੰਪਨੀ ਨੂੰ ਵੀ ਉਹ ਕਹਿੰਦੇ ਵੀ ਠੀਕ ਹੈ ਬੈਂਕਰਪਟ ਹੁੰਦੀ ਹੈ ਹੋ ਜਾਣ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਕੀ ਅਸੀਂ ਬਾਏ ਕਰ ਲਾਂਗੇ ਤੇ ਉਹ ਜਿਹੜੇ ਘਰ ਹੈ ਉਹਨੂੰ ਸੋਸ਼ਲ ਹਾਊਸਿੰਗ ਦੇ ਵਿੱਚ ਕਨਵਰਟ ਕਰ ਦੇਣਗੇ ਉਹ ਘਰਾਂ ਦੇ ਵਿੱਚ ਜਿਹੜੇ ਵੱਡੇ ਘਰ ਸਰਕਾਰ ਘਾਟਾ ਖਾ ਲੂਗੀ ਇਨੀ ਕੈਪੈਸਿਟੀ ਹੈ ਉਹਨਾਂ ਦੀ ਘਾਟਾ ਖਾਣ ਦੀ ਸੋ ਮੈਨੂੰ ਇਹ ਲੱਗਦਾ ਨਹੀਂ ਪਿਓਰ ਸੋਸ਼ਲਿਜ਼ਮ ਉੱਥੇ ਵੀ ਨਹੀਂ ਆਉਣਾਗਾ ਪਿਓਰ ਕੈਪੀਟਲਿਜ਼ਮ ਵੀ ਨਹੀਂ ਰਹਿਣਾਗਾ ਸੋ ਉਹਨਾਂ ਨੇ ਜਿਹੜਾ ਬਲੈਂਡ ਕੀਤਾ ਨਾ ਉਹਨੇ ਬੜੇ ਵੱਡੇ ਉਹਨਾਂ ਨੂੰ ਡਿਵੀਡੈਂਡਸ ਪੇ ਕੀਤੇ ਨੇ ਜੀ ਬਲੈਂਡਿੰਗ ਜਿਹੜੀ ਸੋਸ਼ਲਿਜ਼ਮ ਦੀ ਤੇ ਕੈਪੀਟਲਿਜ਼ਮ ਦੀ ਕੀਤੀ ਹੈ ਅ ਪਿਛਲੇ 2-3 ਦਿਨਾਂ ਤੋਂ ਜਦੋਂ ਸੋਮਵਾਰ ਤੋਂ ਇਹ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਜੋ ਸਾਰਾ ਫੇਰ ਬਦਲ ਹੋਇਆ ਜੋ ਇਹਨਾਂ ਦੇ ਸਟਾਕ ਪ੍ਰਾਈਸਸ ਡਿਗੇ ਥੱਲੇ ਉਸ ਤੋਂ ਬਾਅਦ ਬੜੇ ਕਨਸਰਨਸ ਇਹ ਹੋਗੇ ਸੀ ਉਜਾਗਰ ਵੀ ਇਹਦੇ ਨਾਲ ਵੀ ਜੇ ਸਟਾਕ ਮਾਰਕੀਟ ਪ੍ਰਭਾਵਿਤ ਹੁੰਦੀ ਹੈ ਤੇ ਫਿਰ ਸਾਰਾ ਕੁਝ ਇੰਟਰਕਨੈਕਟਿਡ ਆ ਉਹਦਾ ਕੀ ਫਰਕ ਪਵੇਗਾ ਨਹੀਂ ਮੈਨੂੰ ਇਹ ਲੱਗਦਾ ਵੀ ਸਟਾਕ ਮਾਰਕੀਟ ਦਾ ਕੀ ਹੈਗਾ ਸਟਾਕ ਮਾਰਕੀਟ ਦੇ ਵਿੱਚ ਤਾਂ ਜਦੋਂ ਸਰਕਾਰ ਨੇ ਥੋੜਾ ਜਿਹਾ ਵੀ ਕਿਹਾ ਵੀ ਅਸੀਂ ਇਹਨੂੰ ਸਾਡੇ ਰੈਗੂਲੇਟਰ ਅਸੈਸ ਕਰ ਰਹੇ ਨੇ ਤਾਂ 8% ਸਟਾਕ ਇਸੇ ਕੰਪਨੀ ਦੇ ਦੁਆਰਾ ਵਧ ਗਏ ਹੂੰ 8% ਵਧ ਗਏ ਸੀ ਨਾ ਜਦੋਂ ਇਹਨਾਂ ਨੇ ਜਦੋਂ ਸਰਕਾਰ ਨੇ ਇੰਨਾ ਹੀ ਕਿਹਾ ਵੀ ਅਸੀਂ ਰੈਗੂਲੇਟਰ ਨੂੰ ਕਹਿੰਦਾ ਹੈ ਮੈਨੂੰ ਅਸੈਸ ਕਰੋ ਵੀ ਅਸੀਂ ਇਸ ਕੰਪਨੀ ਦਾ ਕੀ ਕੀਤਾ ਜਾ ਸਕਦਾ ਹੈ ਅੱਜ ਵਾਲੀ ਜਿਹੜੀ ਡੈਡਲਾਈਨ ਸੀ ਉਹੀ ਜਦੋਂ ਪਤਾ ਲੱਗਿਆ ਵੀ 30 ਦਿਨ ਉਹਦੇ ਵਿੱਚ ਹੋਰ ਹੈਗੇ ਨੇ ਗ੍ਰੇਸ ਪੀਰੀਅਡ ਹੈਗਾ ਤੇ 18% ਕਹਿੰਦੇ ਉਹਦਾ ਸ਼ੇਅਰ ਦੁਬਾਰਾ ਫਿਰ ਵਧ ਗਿਆ। ਫਿਰ ਦੁਬਾਰਾ ਵਧ ਗਿਆ ਜੀ। ਸੋ ਮੈਨੂੰ ਇਹ ਲੱਗਦਾ ਵੀ ਇੱਕ ਟੈਂਪਰੇਰੀ ਰਿਜ਼ਲਟ ਜ਼ਰੂਰ ਹੈਗਾ। ਚਾਈਨਿਸ ਦੇ ਕੋਲ ਇੰਨੀ ਕ ਕਪੈਸਿਟੀ ਹੈਗੀ ਵੀ ਇੰਨੇ ਜਿਹੜਾ 300 ਬਿਲੀਅਨ ਡਾਲਰ ਨੂੰ ਮੈਨੇਜ ਕਰਨਾ ਕਿਉਂਕਿ ਦੇਖੋ ਉਹਨਾਂ ਕੋਲੇ ਫੋਰਨ ਐਕਸਚੇਂਜ ਰਿਜ਼ਰਵਜ਼ ਵੀ ਕਿੰਨੇ ਪਏ ਨੇ। ਜੀ। ਕੋਈ ਐਡਾ ਵੱਡਾ ਇਹਨਾਂ ਨੂੰ ਮੈਨੂੰ ਲੱਗ ਨਹੀਂ ਰਿਹਾਗਾ ਵੀ ਚਾਇਨਾ ਦਾ ਸਕੇਲ ਆਫ ਪ੍ਰੋਡਕਸ਼ਨ ਹੈ ਜਿਹੜੀ 12 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈਗੀ। ਉਹ ਜੀ 300 ਬਿਲੀਅਨ ਡਾਲਰ ਦੀ ਕੰਪਨੀ ਲਈ ਹਾਂ ਇਹ ਹੋ ਸਕਦਾ ਵੀ ਪ੍ਰਾਈਵੇਟ ਕੰਪਨੀ ਨੂੰ ਜਿੰਨਾ ਘਾਟਾ ਪੈਣ ਦੇਣਾ ਉਹ ਪੈ ਉਹਨੂੰ ਬੇਲ ਆਊਟ ਨਾ ਕਰਨ ਉਹਨਾਂ ਨੂੰ ਪੈਸੇ ਨਾ ਦੇਣ ਪਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਾਂ ਜਿਹੜੇ ਫੋਰਨਨ ਇਨਵੈਸਟਰਸ ਨੇ ਤੇ ਇੱਕ ਜਿਹੜੇ ਹੈਗੇ ਆਪਣੇ ਜਿਨ੍ਹਾਂ ਨੇ ਹੋਮ ਓਨਰਸ ਨੇ ਜਾਂ ਜਿਹੜੇ ਇਨਪੁਟ ਸਪਲਾਈਅਰਸ ਨੇ ਉਹਨਾਂ ਨੂੰ ਉਹਨਾਂ ਨੂੰ ਜ਼ਰੂਰ ਬੇਲ ਆਊਟ ਕਰ ਦੂਗੇ ਔਰ ਸਮਾਲ ਬੈਂਕਸ ਨੂੰ ਤਾਂ ਤਕਰੀਬਨ ਉਹਨਾਂ ਨੇ ਆਲਮੋਸਟ ਕੈਪਟਲਾਈਜ਼ ਕਰਤਾ ਜੀ ਤੇ ਫਿਰ ਡਾਕਟਰ ਸਾਹਿਬ ਇਹੀ ਵੱਡਾ ਫਰਕ ਹੋਇਆ ਕਿ ਯੂਐਸ ਤੇ ਚਾਈਨਾ ਦੇ ਵਿੱਚ ਕਿ ਯੂਐਸ ਦੇ ਕੋਲ ਕੈਪੈਸਿਟੀ ਨਹੀਂ ਸੀ ਚਾਈਨਾ ਮੈਂ ਯੂਐਸ ਦੇ ਵਿੱਚ ਕੀ ਹੋਇਆ ਸੀ ਨਾ ਉਦੋਂ ਇੱਕ ਹਾਲਾਤ ਬੜੇ ਹੋਰ ਸੀ ਜਦੋਂ 1991 ਤੋਂ ਨਿਊ ਲਿਬਰਲ ਪਾਲਿਸੀ ਚੱਲੀਆਂ ਨਾ 1981 ਤੋਂ ਚੱਲੀਆਂ ਹੈਗਾ ਤੁਸੀਂ ਦੇਖੋ ਉਦੋਂ ਇੱਕ ਵਰਲਡ ਬੈਂਕ ਦੇ ਜਿਹੜਾ ਜਿਹੜੇ ਸੀਗੇ ਚੀਫ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ ਐਂਡ ਆਫ ਦਾ ਹਿਸਟਰੀ ਉਹ ਕਹਿੰਦੇ ਸੀ ਵਸੇ ਤਾਂ ਇਕਨੋਮੀ ਇਕਨੋਮਿਕ ਸਿਸਟਮ ਹੀ ਇਹ ਲੱਭ ਲੈ ਨੇ ਤਾਂ ਖਰਾਬ ਹੀ ਨਹੀਂ ਹੋਣਾ ਐਨਾ ਓਵਰ ਕੌਨਫੀਡੈਂਸ ਸੀ ਤੁਸੀਂ ਦੇਖੋ ਵੀ 2000 2 ਤੋਂ ਲੈ ਕੇ 2006 ਤੱਕ ਸਾਰੀ ਵਰਲਡ ਦੀ ਇਕਨੋਮੀਆਂ ਬੂਮ ਕਰ ਰਹੀਆਂ ਸੀਗਾ ਇੰਡੀਆ ਦੇ ਵਿੱਚ ਦੇਖੋ ਰੀਅਲ ਏਸਟੇਟ ਉਦੋਂ ਕਿੱਥੇ ਚਲਾ ਗਿਆ ਸੀ ਸਾਰੀ ਇਕਨੋਮੀਆਂ ਇੰਨੀ ਗਰੋ ਕਰ ਰਹੀਆਂ ਸੀ ਤੇ ਇਹ ਲੱਗ ਰਿਹਾ ਸੀਗਾ ਵੀ ਜਿਹੜਾ ਨਿਓ ਲਿਬਰਲ ਪਾਲਿਸੀ ਹੈ ਪ੍ਰਾਈਵੇਟਾਈਜੇਸ਼ਨ ਦਾ ਅਜੰਡਾ ਜਿਹੜਾ ਇਹਦੇ ਚ ਪ੍ਰੋਬਲਮ ਨਹੀਂ ਆਉਣੀਆਂ ਇੰਡੀਆ ਸ਼ਾਈਨਿੰਗ ਸਰ ਮੈਂ ਕਹਿੰਦਾ ਕਿਸੇ ਦਾ ਕੁਝ ਸ਼ਾਈਨਿੰਗ ਸੀ ਸਭ ਕੁਝ ਸ਼ਾਈਨਿੰਗ ਸੀ ਹਾਂਜੀ ਕਿਸੇ ਕਿਉਂਕਿ ਉਦੋਂ ਕੀ ਕੀਤਾ ਸੀ ਕਾਰਨ ਕੀ ਸੀ ਕਾਰਨ ਇਹ ਸੀਗਾ ਵੀ ਮਾਰਕੀਟ ਇੰਨੀ ਬੂਮ ਕਰ ਗਈ ਸੀ ਲੋਨ ਦੇ ਨਾਲ ਦੇਖੋ ਕ੍ਰੈਡਿਟ ਕਾਰਡ ਉਦੋਂ ਆਏ ਸਾਰੇ ਹਰੇਕ ਦੇ ਹੱਥ ਚ ਕ੍ਰੈਡਿਟ ਕਾਰਡ ਫੜਾਤਾ ਵੀ 20000 ਡਾਲਰ ਤੱਕ ਦਾ ਤੂੰ ਜੋ ਮਰਜ਼ੀ ਲੈ 15000 ਡਾਲਰ ਤੱਕ ਲੈ ਫਿਰ ਘਟਾਇਆ ਹੌਲੀ ਹੌਲੀ ਸੋ ਉਸ ਵੇਲੇ ਲੂਨਸ ਤੁਸੀਂ ਦੇਖੋ ਕਿਸ ਤਰ੍ਹਾਂ ਦਿੱਤੇ ਤੁਸੀਂ 5% ਇਕੁਇਟੀ ਦੇ ਉੱਪਰ ਲੋਨ ਲੈ ਸਕਦੇ ਹੋ ਤੁਸੀਂ ਘਰ ਲੈਣਾ ਹੈਗਾ 5% ਦਿਓ ਡਾਊਨ ਪੇਮੈਂਟ ਤੇ ਤੁਸੀਂ ਘਰ ਲੈ ਸਕਦੇ ਹੋ ਕੰਪਨੀਆਂ ਨੂੰ ਕੰਸਟ੍ਰਕਸ਼ਨ ਨੂੰ ਖੁੱਲੇ ਲੋਨ ਦੇ ਉੱਤੇ ਉਦੋਂ ਆਇਆ ਲੱਗਿਆ ਵੀ ਇਹ ਤਾਂ ਮਾਰਕੀਟ ਰੁਕਣੀ ਨਹੀਂ ਕਿਤੇ ਕਿਸੇ ਨੇ ਵੀ ਕਿਸੇ ਵੱਡੇ ਤੋਂ ਵੱਡੇ ਅਰਥਸ਼ਾਸਤਰੀ ਨੇ ਇਹ ਨਹੀਂ ਸੋਚਿਆ ਸੀਗਾ ਵੀ ਕਿਤੇ ਵੀ ਇਸ ਤਰ੍ਹਾਂ ਦਾ ਕ੍ਰਾਈਸਿਸ ਆ ਜਾਊ ਉਹ ਕ੍ਰਾਈਸਿਸ ਸਡਨ ਸੀ ਜੀ ਪਹਿਲੀ ਵਾਰ ਹੀ ਆਇਆ ਪਰ ਉਸ ਨੂੰ ਵੀ ਦੇਖੋ 4 ਸਾਲਾਂ ਦੇ ਵਿੱਚ ਅਮਰੀਕਾ ਨੇ ਮੈਨੇਜ ਕਰ ਲਿਆ ਸੀਗਾ 700 ਬਿਲੀਅਨ ਡਾਲਰ ਦਾ ਪੈਕੇਜ ਇੱਕ ਵਾਰੀ ਦਿੱਤਾ 700 ਦਾ ਫੇਰ ਦਿੱਤਾ 1300 ਦਾ ਫੇਰ ਦਿੱਤਾ ਸੋ ਸਾਰਾ ਕਰਕੇ ਹੁਣ ਇੱਕੋ ਹਿਸਟਰੀ ਵੀ ਹੈ ਸਾਡੇ ਕੋਲੇ ਵੀ ਜਿਸ ਤੋਂ ਜਦੋਂ ਆਉਂਦਾ ਇਸ ਤਰ੍ਹਾਂ ਦਾ ਆਪਣੀਆਂ ਗਲਤੀਆਂ ਤੋਂ ਕਿਵੇਂ ਸਿੱਖਿਆ ਕਿਹੜੀ ਗਲਤੀਆਂ ਸੁਧਾਰਨੀਆਂ ਕਿਸ ਤਰ੍ਹਾਂ ਹੈਗਾ ਕਿਉਂਕਿ ਹੁਣ ਇਕਨੋਮਿਸਟ ਨੇ ਉਸਤੇ ਵਰਕਆਊਟ ਕੀਤਾ ਵੀ ਇਹ ਇਹ ਕੋਈ ਜ਼ਰੂਰੀ ਨਹੀਂ ਵੀ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਲਵਲੀ ਹੈ ਜਿਹੜੀ ਇਨਵਿੰਸੀਬਲ ਹੈ ਪਾਲਿਸੀ ਵੀ ਪਾਲਿਸੀ ਦੇ ਵਿੱਚ ਤਾਂ ਕੋਈ ਪ੍ਰੋਬਲਮ ਵੀ ਨਹੀਂ ਹੋਣੀਗੀ ਸੋ ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਜਿਹੜਾ ਐਕਸਪੀਰੀਅੰਸ ਹੈ ਉਸ ਤੋਂ ਵੀ ਸਿੱਖਿਆ ਗਿਆ ਹੈਗਾ ਉਹਸ ਤੋਂ ਸਿੱਕੇ ਜਿਹੜਾ ਉਹਨੂੰ ਅਮਰੀਕਾ ਦੇ ਵਿੱਚ ਹੀ ਦੇਖੋ ਸਟੈਬਿਲਿਟੀ ਥੋੜੀ ਜਿਹੀ ਆ ਗਈ ਹੈ ਕੈਨੇਡੀਅਨ ਬੈਂਕਿੰਗ ਦੀ ਰੈਗੂਲੇਸ਼ਨ ਬਹੁਤ ਵਧੀਆ ਸੀਗੀ ਦੇਖੋ ਕੈਨੇਡਾ ਤੇ ਸਭ ਤੋਂ ਵੱਧ ਅਫੈਕਟ ਹੋਣਾ ਚਾਹੀਦਾ ਸੀਗਾ ਜੀ 2008 ਦਾ ਪਰ ਉਹ ਨਹੀਂ ਹੋਇਆ ਇਸੇ ਕਰਕੇ ਚਾਈਨੀਜ਼ ਰੈਗੂਲੇਸ਼ਨ ਵੀ ਕਾਫੀ ਸਟਰੋਂਗ ਹੈਗੀ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਉਹ ਉਹ ਜਿਹੜੀ ਸਿਚੁਏਸ਼ਨ ਹੈ ਉਹ ਡਿਵੈਲਪ ਨਹੀਂ ਹੋਣੀ ਹਾਂ ਟੈਂਪੋਰਰੀ ਜਿਹੜਾ ਹੈਗਾ ਇੱਕ ਸ਼ੌਕ ਜ਼ਰੂਰ ਲੱਗੂਗਾ ਉਹਦੇ ਵਿੱਚ ਮੈਨੂੰ ਲੱਗਦਾ ਵੀ ਰੈਗੂਲੇਟਰ ਜਦੋਂ ਆਪਣਾ ਫਾਈਨਲਾਈਜ਼ ਕਰ ਲੈਣਗੇ ਇੱਕ ਪ੍ਰਾਈਵੇਟ ਕੰਪਨੀ ਵੀ ਉਹਨਾਂ ਨੇ ਹਾਇਰ ਕੀਤੀ ਹੈਗੀ ਇਸੇ ਕੰਪਨੀ ਨੇ ਐਵਰਗ੍ਰੀਨ ਨੇ ਵੀ ਕਿ ਅਸੀਂ ਕਿਵੇਂ ਬਿਲ ਆਊਟ ਹੋ ਸਕਦੇ ਸੋ ਮੇਰਾ ਖਿਆਲੋ ਮਿਲ ਕੇ ਬੈਠ ਕੇ ਇਹਨੂੰ ਸੋਲਵ ਤਾਂ ਹੋ ਜਾਣਾ ਐਡਾ ਵੱਡਾ ਝਟਕਾ ਨਹੀਂ ਮੈਨੂੰ ਲੱਗਦਾ ਲੱਗੂ ਸੋ ਮੁੱਖ ਦੀ ਗੱਲ ਇਹ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਕੈਨੇਡਾ ਤੇ ਕੋਈ ਪ੍ਰਭਾਵ ਨਹੀਂ ਪਏਗਾ ਕੈਨੇਡਾ ਦੇ ਵਿੱਚ ਜਿਹੜੇ ਚਾਈਨੀਜ਼ ਬੈਠੇ ਆ ਜਿਨ੍ਹਾਂ ਦੀ ਇਨਵੈਸਟਮੈਂਟਸ ਨੇ ਉੱਥੇ ਉਹਨਾਂ ਨੂੰ ਹੋ ਸਕਦਾ ਥੋੜਾ ਬਹੁਤਾ ਘਾਟਾ ਚੱਲਣਾ ਪਵੇ ਤੇ ਕਿਉਂਕਿ ਜਿਹੜੇ ਸ਼ੇਅਰ ਪ੍ਰਾਈਸ ਡਾਊਨ ਹੋ ਗਏ ਆ ਉਹਦੀ ਤਾਂ ਗਵਰਨਮੈਂਟ ਨੇ ਵੀ ਗਾਰੰਟੀ ਨਹੀਂ ਲੈਣੀ ਕਿ ਵੀ ਸ਼ੇਅਰ ਪ੍ਰਾਈਸ ਡਾਊਨ ਹੋਏ ਤਾਂ ਤੁਸੀਂ ਸੇਲ ਕੀਤੇ ਆ ਤੇ ਸਰਕਾਰ ਉਸ ਨੂੰ ਕੰਪਨਸੇਟ ਕਰੂਗੀ ਉਹ ਕਿਸੇ ਨੇ ਗਾਰੰਟੀ ਨਹੀਂ ਲੈਣੀ ਉਹ ਤਾਂ ਤੁਹਾਡੇ ਸ਼ੇਅਰ ਬਾਈਬੈਕ ਕਰ ਸਕਦੇ ਨੇ ਲੋ ਪ੍ਰਾਈਸ ਦੇ ਉੱਪਰ ਸੋ ਜਦੋਂ ਵੀ ਜੇ ਬੈਂਕਰਪਸੀ ਹੁੰਦੀ ਹੈ ਤਾਂ ਜਿੰਨਾ ਕੋ ਉਹਨਾਂ ਦਾ ਸ਼ੇਅਰ ਬਣੂਗਾ ਜਾਂ ਜੇ ਸਰਕਾਰ ਬਾਈਬੈਕ ਕਰਦੀ ਹੈ ਜਾਂ ਕੋਈ ਹੋਰ ਵੱਡੀ ਕੰਪਨੀ ਉਸ ਨੂੰ ਬਾਈਬੈਕ ਕਰਦੀ ਹੈ ਤਾਂ ਉਹਨਾਂ ਕੇ ਸ਼ੇਅਰ ਆਊਗਾ ਉਹ ਸਟਾਕ ਹੋਲਡਰ ਨੂੰ ਜ਼ਰੂਰ ਇਹਦਾ ਘਾਟਾ ਪੈਣਾ ਹੈਗਾ ਜਿੰਨਾ ਕੋ ਪਰ 2048 ਵਾਲੀ ਸਥਿਤੀ ਨਹੀਂ ਬਣਦੀ ਨਹੀਂ ਮੈਨੂੰ ਨਹੀਂ ਲੱਗ ਰਿਹਾ ਘੱਟੋ-ਘੱਟ ਬਾਕੀ ਇਹ ਹੈ ਵੀ ਸਮਾਂ ਦੱਸਦਾ ਹੁੰਦਾ ਵੀ ਕਈ ਵਾਰੀ ਕੀ ਉਹਦੇ ਵਿੱਚ ਅੱਗੇ ਲਿੰਕਸ ਕੀ ਹੁੰਦੇ ਨੇ ਬੜੇ ਡੂੰਘੇ ਲਿੰਕਸ ਵੀ ਹੁੰਦੇ ਨੇ ਕਈ ਵਾਰੀ ਪਰ ਐਪੇਰੈਂਟਲੀ ਜੋ ਲੱਗ ਰਿਹਾ ਹੈਗਾ ਅੱਜ ਦੇ ਹਾਲਾਤ ਦੇ ਵਿੱਚ ਲੱਗਦਾ ਨਹੀਂਗਾ ਵੀ ਕੋਈ ਉਹਦੇ ਐਡੀ ਵੱਡੀ ਕੋਈ ਪ੍ਰੋਬਲਮ ਆਉਣ ਵਾਲੀ ਹੈ ਜੀ ਡਾਕਟਰ ਸਾਹਿਬ ਤੁਹਾਡੀ ਵੀ ਬੜੀ ਡੂੰਗੀ ਸਮਝ ਆ ਤੇ ਅਸੀਂ ਉਹਦਾ ਹੀ ਹਮੇਸ਼ਾ ਫਾਇਦਾ ਲੈਨੇ ਆ ਤੇ ਅੱਜ ਦਾ ਵੀ ਜਿਹੜਾ ਸੈਗਮੈਂਟ ਸੀ ਬਹੁਤ ਮੈਨੂੰ ਲੱਗਦਾ ਇਨਫੋਰਮੇਟਿਵ ਰਿਹਾ ਤੁਸੀਂ ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਸਮਝਾ ਦਿੰਦੇ ਹੋ ਬੜੀ ਕੰਪਲਿਕੇਟਿਡ ਗੱਲਾਂ ਉਹ 2008 ਦਾ ਜਿਹੜਾ ਰੈਸੈਸ਼ਨ ਸੀ ਕੋਈ ਵੀ ਦੁਨੀਆ ਦਾ ਇਕਨੋਮਿਸਟ ਪ੍ਰੋਡਿਕਟ ਨਹੀਂ ਕਰ ਸਕਿਆ ਜਿਨ੍ਹਾਂ ਨੇ ਪ੍ਰੋਡਿਕਟ ਕੀਤਾ ਸੀ ਉਹ ਉਹ ਪਤਾ ਕਿੱਥੇ ਛਪਿਆ ਸੀਗਾ ਹਾਂਜੀ ਵਰਡ ਦੇ 656 ਨੰਬਰ ਦੇ ਜਰਨਲ ਚ ਛਪਿਆ ਸੀਗਾ ਅੱਛਾ ਮੇਰੀ ਜਿਹੜਾ ਬਿਲਕੁਲੀ ਥੱਲੇ ਵਾਲਾ ਕਿਹੜਾ ਜਾਂਦਾ ਸੀਗਾ ਹੋਰ ਕਿਸੇ ਨੇ ਛਾਪਿਆ ਨਹੀਂ ਵੀ ਐਵੇਂ ਕੰਮਲ ਮਾਰੀ ਜਾਂਦੇ ਪ੍ਰੋਸੈਸ਼ਨ ਨਹੀਂ ਆਉਣਾਗਾ ਤੋਂ ਜਿਹੜੇ ਬੰਦੇ ਸੀ ਉਹ ਸੀ ਵੀ ਯੁਗੰਡਾ ਦੇ ਜਿਨ੍ਹਾਂ ਨੇ ਛਾਪਿਆ ਸੀ ਤੇ ਦੇਖੋ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉਹਦਾ ਮੁੱਲ ਪਿਆ ਵੀ ਵਾਕਿਆ ਗੱਲ ਤਾਂ ਸਹੀ ਕਹਿੰਦੇ ਸੀ ਸੋ ਇਕਨੋਮਿਕਸ ਦੇ ਵਿੱਚ ਇਹ ਅਰਥਚਾਰਾ ਨੇ ਜਿਹੜਾ ਇਹਦੇ ਵਿੱਚ ਇੰਨੇ ਇੰਟਰ ਲਿੰਕੇਜ ਹੁੰਦੇ ਨੇ ਪਰਫੈਕਟਲੀ ਪ੍ਰੋਡਕਟ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਸਟਿਲ ਕੁਝ ਜਿਹੜੀਆਂ ਆਪਾਂ ਜਿਹੜੇ ਹੈਗੇ ਵੇਰੀਏਬਲਸ ਜਾਂ ਜਿਹੜੇ ਹੁੰਦੇ ਫੰਡamentals ਉਸ ਤੋਂ ਲਾ ਸਕਦੇ ਹਾਂ ਸਾਹਿਬ ਕਿਤਾਬ ਤੇ ਉਹਦੇ ਤੋਂ ਲੱਗਦਾ ਹਾਲ ਤੱਕ ਵੀ ਨਹੀਂ ਕੋਈ ਐਸੀ ਵੱਡੀ ਪ੍ਰੋਸੈਸ ਵਾਲੀ ਗੱਲ ਨਹੀਂ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੇ ਜਲਦੀ ਹੀ ਦੁਬਾਰਾ ਗੱਲਬਾਤ ਹੋਏਗੀ ਮਿਹਰਬਾਨੀ